ਕੀਤਾ, ਮਗਰ ਲੋਗਾ ਤਸਲੀਮ ਨਹੀਂ ਕੀਤਾ। ਭਾਈ ਜਾਨ ਵੇਖਣਾ ਮੇਰੇ ਪਾਸੇ ਕੋਈ ਗੱਲ ਨਹੀਂ, ਲੋਗਾ ਤਸਲੀਮ ਨਹੀਂ ਕੀਤਾ। ਅੱਜ ਦੇ ਦੌਰ ਦੇ ਵਿੱਚ ਕੁਝ ਬੰਦੇ ਤੁਹਾਡੇ ਦਾਦੇ ਅਲੀ ਨੂੰ ਖੁਦਾ ਆਖ ਰਹੇ ਨੇ। ਇਹ ਹੁਣ 17 ਮੇਰੀਆਂ 4 ਬਾਰਿਸ਼ ਦੀ ਨਜ਼ਰ ਨਾ ਹੋ ਜਾਣ, ਵੇਖਣਾ ਮੇਰੇ ਪਾਸੇ ਮੌਲਾ। ਅੱਜ ਦੇ ਦੌਰ ਦੇ ਵਿੱਚ ਕੁਝ ਲੋਕ ਤੁਹਾਡੇ ਦਾਦੇ ਅਲੀ ਨੂੰ ਖੁਦਾ ਆਖ ਰਹੇ ਨੇ, ਲੇਕਿਨ ਮੌਲਾ ਤੁਹਾਡਾ ਦਾਦਾ ਅਲੀ ਤਸਲੀਮ ਨਹੀਂ ਕਰ ਰਿਹਾ। ਮੌਲਾ ਵਜਾ ਮੇਰੇ 6ਵੇਂ ਬਾਦਸ਼ਾਹ ਦੇ ਚਿਹਰੇ ਤੇ ਮੁਰਤਜ਼ਾਈ ਜਲਾਲ ਆਇਆ, ਮੁਸਤਫਾਈ ਅੱਖਾਂ ਚਾਈਆਂ, ਕਿਬਰੀਆਈ ਅੰਦਾਜ਼ ਦੇ ਨਾਲ ਮੇਰੇ ਬਾਦਸ਼ਾਹ ਫਰਮਾਇਆ, ਆਪਣੀ ਵਹਾਦਤ ਕੇ ਹਿਜਾਬੋ ਸੇ ਜਲੀ ਕਹਿਤਾ ਹੈ, ਬਨ ਕੇ ਆਯਾਤ ਮੇ ਕਈ ਬਾਰ ਵਲੀ ਕਹਿਤਾ ਹੈ, ਕਿਆ ਜ਼ਰੂਰਤ ਹੈ ਅਲੀ ਖੁਦ ਕੋ ਖੁਦਾ ਕਹਿਲਾਏ, ਅੱਲਾ ਜਬ ਆਪਣੇ ਹੀ ਚਿਹਰੇ ਕੋ ਅਲੀ ਕਹਿਤਾ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਮੌਲਾ ਕਬੂਲ ਫਰਮਾਵਨ ਵਾਲਾ ਚੜਿਆ। ਜਸ਼ਨ ਹੁਣ ਪੜਨ ਲੱਗਾ ਭਾਈ ਜਾਨ, ਜ਼ਿੰਦਗੀ ਹੋਵੇ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਜਿਸ ਜਿਸ ਬੰਦੇ ਦੇ ਘਰ ਦਾ ਚੁੱਲ੍ਹਾ ਅਲੀ ਦੇ ਰਿਜ਼ਕ ਦੇ ਨਾਲ ਚੱਲ ਰਿਹਾ, ਉਹਦੇ ਵਾਸਤੇ ਮੈਂ ਫਰਦ ਸਾਨੀ ਪੜਨ ਲੱਗਾ। ਤਵੱਜੋ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਰੱਬ ਖੁਸ਼ ਹੋਇਆ ਅਦਾਲਤ ਵਿਛੜੇ ਵੀਰਾਂ ਦੀ ਮੁਲਾਕਾਤ ਹੋ ਗਈ। ਕਿਆ ਬਾਤ ਹੈ, ਕਿਆ ਬਾਤ ਹੈ। ਸਦਕੇ ਜਾਵਾ, ਸਦਕੇ ਜਾਵਾ, ਸਦਕੇ। ਸਭ ਬੋਲੋ, ਮਿਲ ਕੇ ਬੋਲੋ, ਹੈਦਰ ਹੈਦਰ ਹੈਦਰ। ਸੁਭਾਨ ਅੱਲਾਹ, ਲਖਵਰ ਲਖ। ਸਦਕੇ ਜਾਵਾ, ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਰੱਬ ਖੁਸ਼ ਹੋਇਆ ਵਿਛੜੇ ਵੀਰਾਂ ਦੀ ਮੁਲਾਕਾਤ ਹੋ ਗਈ। ਹੈਦਰ ਹੈਦਰ ਹੋਵੇ। ਸੁਭਾਨ ਅੱਲਾ, ਚੁੱਕੇ ਮੇਰਾ ਦਿਲ ਸੀ ਕਿ ਮੈਂ ਮੁਕੰਮਲ ਜਸ਼ਨ ਪੜਦਾ। ਲੱਖ ਵਾਰੀ ਆਖਾਂ, ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਰੱਬ ਖੁਸ਼ ਹੋਇਆ ਵਿਛੜੇ ਵੀਰਾਂ ਦੀ ਮੁਲਾਕਾਤ ਹੋ ਗਈ। ਕਿਆ ਬਾਤ ਹੈ, ਜ਼ਿੰਦਗੀ ਦਰਾਜ਼ ਐਸੇ ਹੋਤੇ ਹੈ ਜਸ਼ਨ। ਸੁਭਾਨ ਸਾਰੇ ਅਲੀ 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 ਅਲੀ। ਸੁਭਾਨ ਅੱਲਾ, ਏਡਾ ਸੋਹਣਾ ਸੁਣਿਆ ਜੇ ਕਿ ਬਾਰਿਸ਼ ਰੁਕ ਗਈ ਏ। ਮੈਂ ਸਦਕੇ ਜਾਵਾਂ, ਲੱਖ ਵਧੀਆ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਚੰਨ ਤੇਰਾ ਰਜਬ ਵਾਲਾ ਚੜਿਆ, ਨੂਰਾਨੀ ਬਰਸਾਤ ਹੋ ਗਈ। ਰੱਬ ਖੁਸ਼ ਹੋਇਆ ਵਿਛੜੇ ਵੀਰਾਂ ਦੀ ਮੁਲਾਕਾਤ ਹੋ ਗਈ। ਸਦਕੇ ਜਾਵਾਂ, ਨਸਲਾਂ ਚ ਅਦਾਦਾਰੀ ਹੋਵੇ।
امام زمانہ وزا رکھن. میرا ذہن بن گیا سی کہ میں فرد ثانی تو بعد ایک شعر پڑھا گا, وہ بعد ایک شعر قصیدے کا ہور پڑھا گا تو سلام کر جا, لیکن ہوں میں قصیدہ پورا پڑھنا. میں صدقے جاواں تیرا رجب المرجب, تیرا رجب مصور تصویر آدم, ہائے ہائے ہائے, خالق نہج البلاغا سرکار علی بادشاہ دا ظہور ہویا, جناب رسالت ماب کعبے دے وچ آئے, اپنے ویر وزیر جانشین علی نو ہتھا تے چایا, اپنے ویر نو ہتھا تے چایا تے منظر کیڑا بنیا ویکھنا میرے پاسے, جد پاک محمد دے ہتھا تے چنی مران دا آیا, جد پاک محمد دے ہتھا سنی 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 مران دا آیا, تو رات زبور انجیل سنائی پڑھ قرآن سنایا, تو رات زبور انجیل سنائی پڑھ قرآن سنایا, ایک دو جگ کیتا رحمت بنایا, دو جانب دے نعمت بنایا, ہویا صحابت کے دو ہاتھ قبضے چ پوری کائنات ہو گئے. سبحان اللہ سبحان اللہ سبحان, بہت مہربانی. نہیں 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 نہیں, روانے والے ہو روانے والے ہو, دل مطمئن نہیں ہویا میرا, جیڑا تہاڈا معیار ہے اس معیار تے جا کے جناب دی جھولیاں تک سترہ پہنچاواں لگا, شیر ایسا پڑھا کہ اج دی رات دل ہتھیلیاں تے آ کے علی علی کرے, توجہ شرطے ویکھنا میرے پاسے. جناب رسالت امام نے ویر نو ہتھا تے چایا, ملاقات ہو گئی, کائنات ہو گئی, ویکھی میرے پاسے, ویر نو ہتھا تے چایا, گھر دے چلائے کے آئے, پنگ دے جناب علی بادشاہ نو لٹایا, جملہ کھا, پنگ دے چ علی بادشاہ جا قریشیاں دا کمی ابو جیل سرما پاون واسطے آیا, بھائی توجہ توجہ توجہ, جشن دا تعلق سنن نال نہیں منان نالے, تے ہن اسا سارے حلالیا موالیا منانا ہے, سرما پواون واسطے قریشیاں دا کمی اگے تر پیا, پینگے دے نزدیک آیا, بھائی ویکھنا میرے پاسے, پینگے دے وچ نزدیک آیا, پینگے دے نزدیک آیا جا اللہ لا ہاتھ اٹھیا, ابو جیل دی داری دے چایا تے منظر کیڑا بنیا, جڈ پاک نبی نے ویر علی نو پینگے وچ لٹایا, جڈ پاک نبی نے ویر علی نو پینگے وچ لٹایا, جڈ پاک نبی نے ویر علی نو پینگے وچ لٹایا, جڈ پاک نبی, بھائی آخری بندے تائی جاہل دا سردار ویلے سرما پاون آیا, ایک جاہل دا سردار بندہ کیڑا جڑا کھاندا علی دا تے بولے نہیں, بھائی جان سرما پاون آیا, ایک جاہل دا سردار ویلے سرما پاون آیا, پھر پاک علی دا جہت بدایا تے تھپڑ لگا انوے سمجھایا, کوئی بچ سی نہ دشمن نبی دا تیرے تو شروعات ہو گئے. صدقے جاوا حیدر حیدر, صدقے لکھ وری لکھ, جشن تے منا رہے نے زندگی, جی میں صدقے جاواں, جڈ پاک نبی نے
ਇੱਕ ਜਾਹਲ ਦਾ ਸਰਦਾਰ ਵੇਲੇ ਸੁਰਮਾ ਪਾਵਨ ਆਇਆ ਇੱਕ ਜਾਹਲ ਦਾ ਸਰਦਾਰ ਵੇਲੇ ਸੁਰਮਾ ਪਾਵਨ ਆਇਆ ਫਿਰ ਪਾਕ ਅਲੀ ਦੇ ਵਧਾਇਆ ਤੇ ਥੱਪੜ ਲਾ ਕੇ ਉਹਨੂੰ ਇਹ ਸਮਝਾਇਆ ਕੋਈ ਬਚ ਸੀ ਨਾ ਦੁਸ਼ਮਨ ਨਬੀ ਦਾ ਤੇਰੇ ਤੋਂ ਸ਼ੁਰੂਆਤ ਸਦਕੇ ਫੇਰ ਪੜੋ ਫੇਰ ਪੜੀਏ ਜੀ ਸ਼ੇਰ ਅੱਛਾ ਜੀ ਲਓ ਜੀ ਤੁਸੀਂ ਹੁਕਮ ਕੀਤਾ ਆਜ਼ਾਦਾਰ ਹੋ ਤੁਹਾਡੀਆਂ ਜੁੱਤੀਆਂ ਸਾਡੇ ਸਿਰ ਦਾ ਤਾਜ ਜਿਤਨੇ ਆਜ਼ਾਦਾਰ ਮਾਤਮੀ ਹੋ ਤੁਸੀਂ ਹੁਕਮ ਕੀਤਾ ਅਤੇ ਮੈਂ ਆਪਣੇ ਚਾਚਾ ਜਾਨ ਸਾਈ ਮਨਜ਼ੂਰ ਸਾਹਿਬ ਦੇ ਦਰਜਾਤ ਦੀ ਬੁਲੰਦੀ ਵਾਸਤੇ ਉਹਨਾਂ ਦਾ ਲਿਖਿਆ ਹੋਇਆ ਕਸੀਦਾ ਪੜ੍ਹਨ ਲੱਗਾ ਅਗਰ ਕੋਈ ਪੁੱਛੇ ਮੇਰੇ ਤੋਂ ਸਹੀ ਦੱਸੇ ਕਿ ਕਾਬੇ ਚ ਮਾਹਦਰ ਦੇ ਕੀ ਲੈਣ ਗਈ ਬਈ ਖੈਰ ਹੋ ਜਾਏ ਤੁਹਾਡੀ ਤੁਹਾਡੇ ਮਿਆਰੇ ਸਮਾਤ ਨੂੰ ਸਲਾਮ ਹੈ ਜ਼ਿੰਦਗੀ ਦਰਾਜ਼ ਹੋਵੇ ਇਮਾਮ ਜ਼ਮਾਨ ਮੇਰੇ ਬਜ਼ੁਰਗ ਆਉਂਦੇ ਹੁੰਦੇ ਹਨ ਕਿ ਕੋਈ ਬੰਦਾ ਸਵਾਲ ਕਰ ਸਕਦਾ ਹੈ ਕਿ ਅਲੀ ਦੀ ਮਾਂ ਫਾਤਿਮਾ ਬਿੰਤੇ ਅਸਦ ਕਾਬੇ ਦੇ ਵਿੱਚ ਕੀ ਲੈਣ ਗਈਆਂ ਨੇ ਅਤੇ ਮੇਰੇ ਤੁਸੀਂ ਸਾਰੀ ਜ਼ਿੰਦਗੀ ਸਾਡੇ ਬਜ਼ੁਰਗਾਂ ਨੂੰ ਸੁਣਿਆ ਭਾਈ ਜਾਨ ਕਿਬਲਾ ਆਲੀ ਜਨਾਬ ਸਾਰੀ ਜ਼ਿੰਦਗੀ ਤੁਸੀਂ ਸੁਣਿਆ ਕਿਬਲਾ ਆਉਂਦੇ ਹੁੰਦੇ ਹਨ ਕਿ ਮੇਰਾ ਹੱਕ ਬਣਦਾ ਨਾ ਕਿ ਮੈਂ ਜਵਾਬ ਐਸਾ ਦਿਆਂ ਕਿ ਕਬਰ ਤੱਕ ਯਾਦ ਰਹੇ ਮੈਂ ਫਰਦੇ ਸਾਨੀ ਪੜ੍ਹਨ ਲੱਗਾ ਜੀ ਬਜ਼ੁਰਗਾਂ ਦੇ ਆਉਂਦੇ ਹਨ ਅਗਰ ਕੋਈ ਪੁੱਛੇ ਮੇਰੇ ਤੋਂ ਸਹੀ ਦੱਸੇ ਕਿ ਕਾਬੇ ਚ ਮਾਹਦਰ ਦੇ ਕੀ ਲੈਣ ਗਈ ਅਗਰ ਕੋਈ ਪੁੱਛੇ ਮੇਰੇ ਤੋਂ ਸਹੀ ਦੱਸੇ ਬਈ ਫਰਦੇ ਸਾਨੀ ਸੁਣਨਾ ਰਵਾਨੇ ਵਾਲਿਓ ਮਾਹਦਰ ਦੇ ਕੀ ਲੈਣ ਗਈ ਤਾਂ ਮੈਂ ਅਰਜ਼ ਕਰਸਾ ਕਿ ਕਾਬੇ ਦੇ ਅੰਦਰ ਅਲੀ ਤੋਂ ਅਲੀ ਦੀ ਅੰਮਾ ਅਲੀ ਲੈਣ ਗਈ ਸਦਕੇ ਸਦਕੇ ਜਾਵਾਂ ਸਦਕੇ ਜਾਵਾਂ ਬਹੁਤ ਮਿਹਰਬਾਨੀ ਭਾਈ ਜਾਨ ਬੜੀ ਮਿਹਰਬਾਨੀ ਸਦਕੇ ਜਾਵਾਂ ਮੈਂ ਇਸੇ ਕਸੀਦੇ 'ਤੇ ਸਲਾਮ ਕਰ ਜਾਣਾ ਜੀ 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 ਮੈਂ ਨੌਕਰ ਜੀ ਨੌਕਰ ਬਜ਼ੁਰਗ ਮੇਰੇ ਬਾਅਦ ਬੈਠੇ ਨੇ ਇਖਲਾਕ ਇਜਾਜ਼ਤ ਨਹੀਂ ਸਦਕੇ ਜਾਵਾਂ ਲੋਕ ਇਕੱਠੇ ਹੋਏ ਕਿਬਲਾ ਲੋਕ ਇਕੱਠੇ ਹੋਏ ਜਨਾਬ ਰਸਾਲਤ ਮਾਪ ਦੇ ਕੋਲ ਆਏ ਬਈ ਸ਼ੇਰ ਨਹੀਂ ਕਾਇਨਾਤ ਬੰਦ ਦੇ ਇਹਨਾਂ ਲਫ਼ਜ਼ਾਂ ਦੇ ਜਿਹੜਾ ਮੈਂ ਹਦੀਆ ਕਰਨ ਲੱਗਾ ਜਨਾਬ ਰਸਾਲਤ ਮਾਪ ਦੇ ਕੋਲ ਆਏ ਹੱਥ ਜੋੜ ਕੇ ਆਉਂਦੇ ਦਸ ਰਜਬ ਦੀ ਜੋ ਫਾਤਿਮਾ ਬਿੰਤੇ ਅਸਦ ਕਾਬੇ ਦੇ ਵਿੱਚ ਗਏ ਦੱਸ ਸਕਦੇ ਹੋ ਕੀ ਲੈਣ ਗਏ ਜਨਾਬ ਰਸਾਲਤ ਮਾਪ ਜਨਾਬ ਇਮਰਾਨ ਦੇ ਕੋਲ ਆਏ ਆਵਾਜ਼ਾਂ ਦੀ ਕਿਬਲਾ ਲੋਕ ਸਵਾਲ ਪੈਕ ਰਹਿੰਦੇ ਕਿ ਫਾਤਿਮਾ ਬਿੰਤੇ ਅਸਦ ਦਸ ਰਜਬ ਦੇ ਕਾਬੇ ਦੇ ਵਿੱਚ ਕੀ ਲੈਣ ਗਏ ਲੋਕ ਮੌਜੂਦ ਜਨਾਬ ਇਮਰਾਨ ਦੀ ਆਵਾਜ਼ ਆਦੀ ਹੈ ਮੁਹੰਮਦ ਮੈਂ ਜਿਤਨੀ ਤੇਰੀ ਇਮਦਾਦ ਕਰ ਸਕਦਾ ਸਾਂ ਮੈਂ ਕੀਤੀ ਲੇਕਿਨ ਮੇਰੇ ਬਾਅਦ ਵੀ ਤਾਂ ਤੈਨੂੰ ਮਦਦਗਾਰ ਦੀ ਜ਼ਰੂਰਤ ਹੈ ਨਾ ਹਾਏ 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 ਸਰ ਜਾਣਾ ਜਸ਼ਨ ਦਾ ਮਾਹੌਲ ਬਣਾਉਣਾ ਜਨਾਬ ਇਮਰਾਨ ਦੀ ਆਵਾਜ਼ ਆਦੀ ਆਈ ਮੈਂ ਕਰ ਸਕਦਾ ਮਦਦ ਕੀਤੇ ਸੁਣ ਗਾਲ ਬਚੜਾ ਮੇਰਾ ਮੇਰੇ ਬਾਦ ਤੇਰੇ ਮੈਂ ਕਰ ਸਕਦਾ ਤੇਰੀ ਮਦਦ ਕੀਤੇ ਸੁਣ ਗਾਲ ਬਚੜਾ ਮੇਰਾ ਮੇਰੇ ਬਾਦ ਤੇਰੇ ਮਦਦ ਕੀਤੇ ਬਿਨ ਤੇ ਅਸਦ ਰੱਬ ਦੇ ਕੋਲੋਂ
میرا خیال ہے شیر جلیل آن گئی صدقے صدقے سبحان اللہ شیخ پوریا پورا ذکر کراں نعرہ حیدری گدا کریے جی میں نوکر ہاں ہر بادشاہ دا مدا خان میرے تو وڈا ہے میں اپنے آپ نو کدی ذکر چھڈوائے نہیں اس دی وجہ ہے کہ جنہ دا ذکر خود اللہ ہوئے صدقے جاواں تیرا رجب ہر پاسے نور ہی نور اتنا نور برسیا مکے دے پہاڑ بھی چٹے لوکاں دے گھر بھی چٹے حتیٰ کہ لوکاں دے منہ بھی چٹے ہوئے جناب عمران دے کول آئے آئے آ کے دن مولا اتنا نور برس رہے ہے قیامت نہیں آون والی سبحان اللہ قیامت نہیں آون والی سرکار عمران دی آواز آندی قیامت نہیں امامت آون والی ہے آئے ہائے صدقے جاواں جناب رسالت ماب دے پاسے دے کے جناب عمران دی آواز آندی آئی جڑے نور چائن نہ دے حق سے مہا حصے کو آ منا لے آئی ہائی تے دوجے نو ہاشم دی پوتری لین گئی سبحان اللہ راضی رویا جے امام زمانہ وزہ رکھن دو یا چار منٹ تے ممبر عزت دار مدا خان دے میرے قبلہ دے حوالے پڑھیے جی رجب پڑھیے علی مولا علی مولا علی مولا علی مولا علی 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 مولا علی مولا علی مولا علی مولا علی مولا علی مولا تیرا رجب ذہن دے رکھنا تیرا رجب بھائی جان قبلہ ممبر چھوڑا لگا تیرا رجب آج خدا دے گھر دے تلوار نے شرک مٹایا بولی 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 میرے نال ممبر چھوڑا لگا صدقے صدقے سب بولو علی لال کلندر علی مولا علی مولا علی مولا حلالی تو لے کے آخری حلالی تے بھائی جان قبلہ دیکھنا میرے پاس تیرا رجب تیرا رجب دے دن چن چڑھ آیا ہاتھ نال آدم آپ بنایا صدقے صدقے ہاتھ بلند کر کے اچا بولو حیدری علی مولا 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 تشبیہ دے لگا قبلہ منظر کشی کرنے لگا منظر کشی علی
من فرقہ پا کے نسدے لکھوری لکھوری میں صدقے لکھوری میں لکھوری علی مولا 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 جہ دشمن برقع پا کے نسدے نے سبحان اللہ لال سلیم صدقے جاواں بابا جی اے سہمت دی معافی تسی کھلو کے فرد ثانی سننی تسا حکم کیتا ہے کھلو کے فرد ثانی سننی ویکھنا میرے پاسے علی مولا علی مولا علی مولا علی مولا علی مولا بھائی بھائی ویکھنا نیاز حسین بھائی دھرتی پسرے حیدر نے گھر گھر علم لوائے لال کلندر علی لال کلندر جی لکھوری لکھوری بیٹھ جو نا بیٹھ جو بیٹھ جو جی او قبلہ تشریف فرمان پڑھن دے انہاں خیر خیر پڑھ گئے جی لال سکین علی 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 مولا 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 اتنے میں جوگا نہیں جتنی تسا محبت کیتی اتنی میری اوقات نہیں جتنی تسی دعاواں دے دیتی ہیں تے تسی آکھیا پورا پڑھنا ہے ایک شیر دا میں رہندا بابا جی وہ بھی نہ سنا دیا علی مولا علی مولا علی مولا علی مولا علی مولا علی مولا جشن منانا جد ہر دم عرش تے آنا جانا جلدی کر لال سخی نے علی علی دنیا کو لو کروایا لال سخی نے علی علی دنیا کو لو کروایا لال سخی نے علی علی دنیا کو لو کروایا بھائی جی لال سخی نے علی علی دنیا کو لو کروایا لال سخی نے علی علی سخی نے دنیا کو لو کروایا لال سخی نے علی علی دنیا کو کروایا لال سخی سننا 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 کروایا سیون دے ہر گھر دے سیون دے ہر گھر دے جگہ سی عالم لوایا علی لال کلا دارا